ਵਧੀਆ ਉਹ ਕਹਿੰਦੇ ਟੀਚਰ ਦੇ ਕੋਲੇ ਬਹਿੰਦੇ ਨੇ ਕਿਉਂਕਿ ਉਹਨਾਂ ਨੂੰ ਕੋਈ ਫਿਕਰ ਨਹੀਂ ਹੁੰਦਾ ਵੀ ਟੀਚਰ ਕੋਲ ਪੁੱਛਣਾ ਲਵੇ ਉਹ ਜਾਣਦੇ ਨੇ ਸਭ ਕੁਛ ਤੇ ਇਸੇ ਤਰ੍ਹਾਂ ਜਿਹੜੇ ਗੁਰਸਿੱਖ ਅੰਮ੍ਰਿਤਧਾਰੀ ਤਿਆਰ ਵਰਤਿਆਰ ਉਹਨਾਂ ਨੂੰ ਚਾਅ ਹੁੰਦਾ ਵੀ ਗੁਰੂ ਦੇ ਸਨਮੁੱਖ ਬੈਠੀਏ ਅਸੀਂ ਤੇ ਜਿਹੜੇ ਮੇਰੇ ਵਰਗੇ ਨਲਾਇਕ ਬੱਚੇ ਹੁੰਦੇ ਨੇ ਉਹ ਪਿੱਛੇ ਬਹਿ ਜਾਂਦੇ ਨੇ ਨੀਵੀਂ ਪਾ ਲੈਣੀ ਹੈ ਸਗੋਂ ਜਦੋਂ ਟੀਚਰ ਨੇ ਕੁਛ ਪੁੱਛਣਾ ਨਾ ਕਿਤੇ ਮੈਨੂੰ ਵੀ ਨਾ ਪੁੱਛ ਲਵੇ ਸਨਮੁੱਖ ਬੈਠੀਏ ਤਾਂ ਹੀ ਨਜ਼ਰ ਪੈਣੀ ਹੈ ਗੁਰੂ ਦੀ ਵੈਸੇ ਤਾਂ ਸਾਰੇ ਪਰਿਪੂਰਨ ਹੈ ਸਤਿਗੁਰੂ ਐਸੀ ਕੋਈ ਗੱਲ ਨਹੀਂ ਪਰ ਗੁਰੂ ਦੀ ਨਜ਼ਰ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਨਿਮ ਖੇਕ ਹਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ ਮਨ ਦੇ ਨਾਲ ਵਿਚਾਰਾਂ ਕਰਨੀਆਂ ਨੇ ਕੱਲ ਨੂੰ ਵੀ ਕਰਾਂਗੇ ਪਰਸੋਂ ਨੂੰ ਵੀ ਕਰਾਂਗੇ ਕਿਉਂਕਿ ਰੋਜ਼ ਦੀ ਰੋਜ਼ ਜੋ ਕੁਛ ਇਹ ਸਾਤੋਂ ਕਰਾਉਂਦਾ ਹੈ ਕਿ ਇਹਨੂੰ ਸਮਝਣਾ ਗੁਰੂ ਮਹਾਰਾਜ ਸਾਨੂੰ ਕੋਸ਼ਿਸ਼ ਕਰਦੇ ਨੇ ਸਮਝਾਉਣ ਦੀ ਆਪਾਂ ਗੁਰੂ ਦੀ ਜੁਗਤੀ ਦੱਸੇ ਅਨੁਸਾਰ ਮਹਾਂਪੁਰਸ਼ਾਂ ਦੇ ਦੱਸੇ ਅਨੁਸਾਰ ਥੋੜ੍ਹੀ ਵਿਚਾਰ ਕਰਦੇ ਰਹਾਂਗੇ ਆਓ ਅਨੁਸਾਰੇ ਗੁਰੂ ਤੋਤ ਚ ਬੋਲੋ ਧੰਨ ਹੈ ਧੰਨ ਹੈ ਧੰਨ ਹੈ।